ਇਆ ਕਾਸ਼ਵਨੀ ਜਮੂਆ ਸੰਜਗ ਖਬਰਾਂ ਚ ਤੁੰਦਾ ਸਵਾਗਤ ਪਹਿਲੇ ਮੁੱਖ ਮੁੱਖ ਖਬਰਾਂ ਕਰਨੇ ਮੈਂ ਪੂਨਮ ਡੋਗਰਾ। ਰਾਸ਼ਟਰ ਅੱਜ 1971 ਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਚ ਭਾਰਤ ਤੇ ਪਾਕਿਸਤਾਨ ਉੱਪਰ ਜਿੱਤ ਦੇ ਚੇਤੇ ਚ ਵਿਜੇ ਦਿਵਸ ਮਨਾ ਕਰਦਾ ਹੈ। ਭਾਰਤ ਨੇ ਕਿਹਾ ਹੈ ਜੇ ਦੁਨੀਆ ਦੀ ਸਿਆਸੀ ਮਤ ਪੇ ਦੇਸ਼ਾਂ ਉੱਪਰ ਉਠੀਏ ਅਤੰਗਵਾਦ ਦੀ ਬਿੰਦ ਵੀ ਬਰਦਾਸ਼ਤ ਨਹੀਂ ਕਰਨੇ ਦੀ ਵਚਨ ਬੱਧਤਾ ਦਰਸ਼ਾਣਯੋਗ। ਜੰਮੂ ਕਸ਼ਮੀਰ ਸਰਕਾਰ ਨੇ ਡीडीसी ਹੈ ਬीडीसी ਹੈ ਤੇ ਪੰਚਾਇਤਾਂ ਦੀ ਪ੍ਰਸ਼ਾਸਨਿਕ ਮਨਜ਼ੂਰੀਆਂ ਦੇ ਇਖਤਿਆਰ ਪ੍ਰਦਾਨ ਕੀਤੇ ਨਾ ਤੇ ਅਰਜੋਰੀ ਜ਼ਿਲ੍ਹੇ ਚ ਗੋਲੀਬਾਰੀ ਦੀ ਘਟਨਾ ਚ ਦੋ ਜਨਾਂ ਦੀ ਮੌਤ ਉੱਪਰ ਮੁਕਾਮੀ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਖਬਰ ਦੀ ਤਫਸੀਲ ਕਰਨੇ ਵਿਜੇ ਬਜਾਜ ਰਾਸ਼ਟਰਾज्य 1971 ਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਚ ਪਾਰ ਦੀ ਪਾਕਿਸਤਾਨ ਉੱਪਰ ਜਿੱਤ ਦੇ ਚੇਤੇ ਚ ਵਿਜੇ ਦਿਵਸ ਮਨਾ ਕਰਦਾ ਹੈ ਅਜਾ ਦੇ ਧਿਆੜੇ ਯੁੱਧ ਨਾਇਕਾਂ ਦੇ ਬਲੀਦਾਨ ਦੀ ਚੇਤਾ ਕਰਦੀ ਹੋਈ ਉਨ੍ਹਾਂ ਦੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ 16 ਦਸੰਬਰ ਸਨ 1971 ਦੀ ਪਾਕਿਸਤਾਨੀ ਬਲਿੰਦ ਦੇ ਪ੍ਰਮੁੱਖ ਜਨਰਲ ਅਮੀਰ ਅਬਦੁੱਲਾ ਖਾਨ ਨਿਆਜ਼ੀ ਨੇ ਆਪਣੀ ਹਾਰ ਦੇ ਮਗਰਾ 93000 ਪਾਕਿਸਤਾਨੀ ਫੌਜੀਆਂ ਸਮੇਤ ਢਾਕਾ ਚ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾਉਂ ਦੀ ਅਗਵਾਈ ਵਾਲੀ ਭਾਰਤੀ ਫੌਜ ਅੱਗੇ ਵਿਜਨ ਸ਼ਰਤ ਆਤਮ ਸਮਰਪਣ ਕੀਤਾ ਹੈ ਇਹ ਯੁੱਧ ਬੰਗਲਾਦੇਸ਼ ਦੀ ਆਜ਼ਾਦੀ ਕਰਨੇ ਖਤਮ ਹੋਆ ਹੈ राष्ट्रपति द्रौपदी मुर्मू प्रधानमंत्री नरेंद्र मोदी रक्षा मंत्री राजनाथ सिंह ਤੇ सेना प्रमुख जनरल मनोज पांडे ਉਹਰੇ ਵਿਜੇ ਦਿਵਸ ਦੇ ਪੂਰਵ ਸੰਧਿਆ ਕੱਲ ਆਰਮੀ ਹਾਊਸ ਚਲਵਾਏ ਗਿਤੇ ਐਟ ਹੋਮ ਚ ਸਾਲਾਤਾ प्रधानमंत्री नरेंद्र मोदी ਉਹਰੇ ਰਾਜਨਾਥ ਸਿੰਘ ਹੁੰਦੇ ਕੰਨ ਵਿਜੇ ਦਿਵਸ ਦੇ ਮੌਕੇ ਪਰ ਦਿੱਲੀ ਚ ਲਾਈ ਗਈ ਦੀ ਇੱਕ ਪ੍ਰਦਰਸ਼ਨੀ ਦਾ ਵੀ ਚੱਕਰ ਲਾਇਆ ਪ੍ਰਧਾਨ ਮੰਤਰੀ ਉਰਿਆਂਖਿਆ ਜੇ ਰਾਸ਼ਟਰ ਆਪਣੇ ਹਥਿਆਰਬੰਦ ਬਲਿੰਦੀ ਬਾਦਰੀਗੀ ਕਦਮ ਵੀ ਨਹੀਂ ਭੁੱਲਗ ਜਿਹਦੇ ਕਰੀ 71 ਦੀ جنگ ਚ ਭਾਰਤ ਦੀ ਇਤਿਹਾਸਿਕ ਜਿੱਤ ਅਸਲੋਈ ਹੀ ਅੱਜ ਉਦੰਪੁਰ ਚ ਵੀ ਵਿਜੇ ਦਿਵਸ ਦੇ ਮੌਕੇ ਪਰ ਸ਼ਰਧਾਂਜਲੀ ਸਥਲ ਉਪਰ ਪੁਸ਼ਪਾਂਝਲੀ ਅਰਪਿਤ ਕੀਤੀ ਗਈ ਇਸ ਮੌਕੇ ਪਰ ਵੀਰ ਨਾਰੀਆਂ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਸੈਪਕਾ ਫੌਜੀਏ ਸਨਮਾਨਿਤ ਸੈਨਿਕਾਂ ਉਕੜੇਸ਼ੀ ਦਿਨ ਦੀ ਸ਼ਰਧਾਂਜਲੀ ਅਰਪਿਤ ਕੀਤੀ ਜਿਨੇ 1971 ਵਾਲੀ ਭਾਰਤ ਪਾਕਿਸਤਾਨ ਜੰਗ ਚ ਆਪਣੀ ਜਿੰਦੂ ਦਾ ਬਲੀਦਾਨ ਦਿੱਤਾ ਖ इस बारे गल करती हुई रिटायर्ड कर्नल बलवंत सिंह किया सोलह दिसम्बर उन्नीस सौ इकहत्तर को बांग्लादेश में जब पाकिस्तानी सोल्जर्स को अपने घुटनों आने के लिए अमादा किया हमारी फौज ने उस खुशी में आज हम विजय दिवस मना रहे हैं आज हम जहां पर भी हैं सुरक्षित हैं उन लोगों की वजह से आज हम उनको छत छत बार नमन करते हैं वंदना करते हैं जय हिंद ਵਿਜੇ ਦਿਵਸ ਦੇ ਮੌਕੇ ਪਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰੇ 71 ਤੀਜੰਗ ਲੜਨੇ ਵਾਲੇ ਪਰ ਦੇ ਦਲੇਰ ਨਾਇਕਾਂ ਕੀ ਚੇਤਾ ਕਰਦੀ ਹੋਈ ਉਨ੍ਹਾਂ ਕੀ ਸਲਾਮ ਕੀਤਾ ਹੈ। ਉਨ੍ਹਾਂ ਆਖਿਆ ਜੇ ਸਾਡਾ ਮੁਲਕ ਬੰਨੇ ਦੀ ਸੁਰੱਖਿਆ ਯਕੀਨੀ ਬਣਾਕਰ ਤੇ ਆਪਣੇ ਹਥਿਆਰ ਬੰਦ ਬਲਿੰਦਾ ਹਮੇਸ਼ਾ ਕਰਜ਼ਦਾਰ ਰਹੂਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਸੈਨਾ ਅਧਿਕਸ਼ ਜਨਰਲ ਮਨੋਜ ਪਾਂਡੇ ਵਾਯੂ ਸੈਨਾ ਪ੍ਰਮੁੱਖ 에ਅਰ ਚੀਫ ਮਾਰਸ਼ਲ ਵੀ ਆਰ ਚੌਧਰੀ ਤੇ ਭਾਰਤੀ ਨੌ ਸੈਨਾ ਦੇ ਵਾਈਸ ਐਡਮਿਰਲ ਐਸ ਐਨ ਘੋਰਮੜੇ ਹੋਰੇ ਰਾਸ਼ਟਰੀ ਯੁੱਧ ਸਮਾਰਕ ਪਰ ਸ਼ਹੀਦਾਂ ਦੀ ਸ਼ਰਧਾਂਜਲੀ ਅਰਪਿਤ ਕੀਤੀ ਤੁਹਾਈ ਜੰਮੂ ਕਸ਼ਮੀਰ ਪੁਲਿਸਾਂ ਦੇ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਹੋਰੇ ਵਿਜੇ ਦਿਵਸ ਦੇ ਮੌਕੇ ਪਰ ਜੰਮੂ ਚ ਬਲੀਦਾਨ ਸਤੰਭ ਚਾਈਏ ਉੱਥੇ ਸ਼ਹੀਦਾਂ ਦੀ ਸ਼ਰਧਾਂਜਲੀ ਦਿੱਤੀ ਜੰਮੂ ਕਸ਼ਮੀਰ ਪੁਲਿਸਾਂ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਮੁਕੇਸ਼ ਸਿੰਘ ਹੋਰ ਵੀ ਇਸ ਮੌਕੇ ਉਹਦੇ ਕੰਨੇ ਹੇ ਵਿਜੇ ਦਿਵਸ ਦੇ ਮੌਕੇ ਉਪਰ ਭਾਰਤੀ ਫੌਜ ਨੇ ਮਹਾਵੀਰ ਚੱਕਰ ਕਰਨ ਸਨਮਾਨਿਤ ਅਵਲਦਾਰ ਸ਼ਹੀਦ ਸਰੂਪ ਸਿੰਘ ਨੂੰ ਦੇ ਸਨਮਾਨ ਚ ਬਟੋਤ ਕਸਬੇ ਚ ਇੱਕ ਸਮਾਰਕ ਦਾ ਉਦਘਾਟਨ ਕੀਤਾ ਜਿਸੀ ਸਰੂਪ ਚੌਕ ਆ ਗਿਆ ਡੈਲਟਾ ਫੋਰਸ ਦੇ ਜੀਓਸੀ ਮੇਜਰ ਜਨਰਲ ਅਜੇ ਕੁਮਾਰੋ ਨੇ ਸ਼ਹੀਦ ਸਰੂਪ ਸਿੰਘ ਦੀ ਪ੍ਰਤੀਮਾ ਪ੍ਰਾਪਰ ਦਗਵਾੜਿਆ ਇਸ ਮੌਕੇ ਸ਼ਹੀਦ ਦੇ ਪਰਿਵਾਰ ਵਾਲੇ ਸਨ ਫੌਜ ਤੇ ਸਿਵਲ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਵੀ ਉੱਥੇ ਮੌਜੂਦ ਰਹੇ ਇਸ ਪਰੇ ਆਕਾਸ਼ਵਾਣੀ ਕਰ ਨਿਕਲ ਕਰਦੀ ਹੋਈ ਸ਼ੀਤ ਸਵਰੂਪ ਸਿੰਘ ਦੇ ਪੁੱਤਰ ਦਿਵਿੰਦਰ ਸਿੰਘ ਰਿੰਕਲਾਯਾ देश को बचाने वाले नौजवानों की शहीद दिवस है उस दिवस में जहाँ पर उनको याद किया गया इनको सम्मानित किया और हमें गर्व महसूस हुआ कि हमारे फादर ने जब जिन्हें शहीदी दी इसके लिए मैं डेल्टा फोर्स के जनरल जो एफर्ट्स किए उनको मुबारक देता हूँ इसमें हमारे फादर साहब एक बच्चे थे लास्ट में वो तब तक वहां से नहीं गए जब तक उनके में का आखिरी खून का कतरा वहां पर रहा उन्नीस अक्टूबर को हमला हुआ है और इक्कीस अक्टूबर को इनकी शहीदी होती महावीर चक्र ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਹੋਰ ਨੇ ਆਖਿਆ ਜੇ ਨਿਊਯਾਰਕ ਤੇ ਮੁੰਬਈ ਆਤੰਕਵਾਦੀ ਹਮਲੇ ਜਿਹੇ ਨਈਆਂ ਘਟਨਾ ਪਰਤੀਏ ਨਹੀਂ ਹੋਣ ਦਿੱਤੀਆਂ ਜਾਈ ਸਕਦੀਆਂ ਕੱਲ ਰਾਤੀ ਸੰਯੁਕਤ ਰਾਸ਼ਟਰ ਸੁਰੱਖਿਆ ਕਾਉਂਸਲ 'ਚ ਅੰਤਰਰਾਸ਼ਟਰੀ ਰਮਾਨਦਾਰੀ ਤੇ ਸੁਰੱਖਿਆ ਕੀ ਆਤੰਕਵਾਦ ਕਰੀ ਪੈਦਾ ਖਤਰੇ ਸਰਬੰਧੀ ਵਿਸ਼ੇ ਪਰ ਉਹਨੇ ਆਖਿਆ ਜੇ ਦੁਨੀਆ ਕੀ ਸਿਆਸੀ ਮਤਪੇ ਦਿਸ਼ਾ ਉੱਪਰ ਉਠੀ ਹੈ ਆਤੰਕਵਾਦ ਕੀ ਬਿੰਦ ਵੀ ਬਰਦਾਸ਼ਤ ਨਹੀਂ ਕਰਨ ਦੀ ਵਚਨਬੱਧਤਾ ਦਰਸ਼ਾਨੀ ਹੋਗ ਜੈ ਸ਼ੰਕਰ ਹੋਰ ਨੇ ਆਖਿਆ ਜੇ ਆਤੰਕਵਾਦ ਦੀ ਰੋਕਥਾਮ ਲਈ ਜਵਾਬਦੇਹੀ ਯਕੀਨੀ ਬਣਾਉਣਾ ਅਤਿ ਲਾਜ਼ਮੀ ਹੈ ਕੁਝਾਂ ਵੀ ਮੁਲਕ ਕੀ ਆਤੰਕਵਾਦ ਖਤਮਾ ਸਿਆਸੀ ਲਾਅ ਅਸਲ ਕਰਨੀ ਦੀ ਕੋਸ਼ਿਸ਼ ਨਹੀਂ ਕਰਨੀ ਲੋੜ ਚ ਦੀ ਵਿਦੇਸ਼ ਮੰਤਰੀ ਹੁਰੀਆਂ ਕਿਹਾ ਜੇ ਭਾਰਤ ਆਤੰਕਵਾਦ ਕਰਨ ਨਿਪਟਣ ਦੇ এজেন্ডੇ ਕੀ ਪਰਤੀਏ ਨਵੀਂ ਊਰਜਾ ਦੇਣੇ ਕਿਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਰਾਏ ਆਪਣੇ ਯਤਨ ਬਰੋਬਰ ਜਾਰੀ ਰੱਖਤਾ ਰਹੋਗਾ ਜੈ ਸ਼ੰਕਰੋ ਨੇ ਇਹ ਵੀ ਆਖਿਆ ਕਿ ਸੁਰੱਖਿਆ ਕੌਂਸਲ ਦੇ ਅੰਦਰ ਤੇ ਬਾਹਰ ਦੋਰੇ ਮਾਪ ਡੰਡੇ ਕਰਨ ਨਿਪਟਣਾ ਵੀ ਇੱਕ ਚੁਣੌਤੀ ਹੈ ਉਨੇਸ਼ ਰਾਉਂਗੀ ਖਤਰਨਾਕ ਘਰਾੜ ਦਿੱਤਾ ਡਾਕਟਰ ਜੈ ਸ਼ੰਕਰ ਉਹ ਰੀਅੱਖਿਆ ਜੇ ਭਾਰਤ ਲੰਬੇ ਸਮੇਂ ਤੋਂ ਆਤੰਕਵਾਦ ਦਾ ਸਾਹਮਣਾ ਕਰਤਾ ਵਾ ਕਰਦਾ ਤੇ ਸੀ ਬਿੰਦ ਵੀ برداشت ਨਹੀਂ ਕਰਨ ਦੀ ਨੀਤੀ ਤਹਿਤ ਇਹਦਾ ਤਗੜਾਈ ਕਰਨੇ ਮੁਕਾਬਲਾ ਵੀ ਕਰਾ ਕਰਦਾ ਜੈ ਸ਼ੰਕਰ ਉਹ ਰੀਅੱਖਿਆ This council is well aware that terrorism is an existential threat to international peace security it knows no borders nationality or race and is a challenge that the international community must combat collectively India faced the horrors of cross-border terrorism long before the world took serious note of it. Over the decades, we lost thousands of innocent civilian lives, but we fought terrorism resolutely, bravely, and with a zero-tolerance approach. ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਸਰਕਾਰ ਨੇ ਜ਼ਿਲ੍ਹਾ ਵਿਕਾਸ ਕਾਉਂਸਲਿੰਗ ਦੀ 1 ਕਰੋੜ ਰੁਪਏ ਤੱਕ ਦੇ ਵਿਕਾਸ ਕੰਮੇ ਬਲਾਕ ਵਿਕਾਸ ਕਾਉਂਸਲਿੰਗ ਦੀ 2 ਲੱਖ ਰੁਪਏ ਤੋੜੀ ਦੇ ਵਿਕਾਸ ਕੰਮੇ ਤੇ ಗ್ರಾಮ ਪੰਚਾਇਤਾਂ ਦੀ 5 ਲੱਖ ਰੁਪਏ ਤੋੜੀ ਦੇ ਵਿਕਾਸ ਕੰਮੇ ਲਈ ਪ੍ਰਸ਼ਾਸਨਿਕ ਮਨਜ਼ੂਰੀਆਂ ਦੇਣੇ ਦੇ ਮਾਲੀ ਅਧਿਕਾਰ ਦੇ ਦਿੱਤੇ ਹਨ आकाशवाणी जम्मू ਦੇ ਸੰਵਾਦ ਦਾਤਾ ਦੀ ਰਿਪੋਰਟ ਮੁਜਬ ਇਹ ਮਾਲੀ ਇਖਤਿਆਰ ਇਸ ਗੱਲ 'ਤੇ ਨਿਰਭਰੂngਨ ਜੇ ਇਹਨੇ ਵਿਕਾਸ ਕੰਮੇ ਲਈ ਖਰਚੋਂ ਨੀ ਅਲਾ ਪੈਸਾ ਸਰਬੰਧਤ ਡੀਡੀਸੀ ਬੀਡੀਸੀ ਤੇ ਗ੍ਰਾਮ ਪੰਚਾਇਤਾਂ ਪਾਸਿਆ ਆਪਣੇ ਸੰਸਾਦਨੇ ਥਮੱਕ ਮਾਇਆ ਕੀਤਾ ਹੋਇਆ ਹੈ। ਸਰਕਾਰ ਤੇ ਇਸ ਫੈਸਲੇ ਦੀ ਇੱਕ ਖਰੀ ਸ਼ੁਰੂਆਤ ਦਿੰਦੀ ਹੋਈ ਪ੍ਰਤੀਨਿਧੀਆਂ ਆ ਕੇ ਆਏ ਜੇ ਪ੍ਰਸ਼ਾਸਨ ਕੀ ਇਸ ਉਕਮਚ ਬਿੰਦ ਤਰਮੀਮ ਕਰਦੀ ਹੋਈ ਸ਼ੁਰੂਆਤੀ ਤੌਰ ਉਪਰ ਡੀਡੀਸੀ ਬੀਡੀਸੀ ਤੇ ਗ੍ਰਾਮ ਪੰਚਾਇਤਾਂ ਦੀ ਆਪਣੇ ਸੰਸਾਦ ਨੇ ਥਮਾ ਪੈਸਾ ਜੁਟਾਣੇ ਥਮਾ ਛੂਟ ਦੇਣੀ ਲੋੜ ਚ ਦੀ ਹੈ ਉਹਨੇ ਆਖਿਆ ਜੇ ਡੀਡੀਸੀ ਬੀਡੀਸੀ ਤੇ ਗ੍ਰਾਮ ਪੰਚਾਇਤਾਂ ਕਾਸ਼ ਆਪਣੇ ਸੰਸਾਦ ਨਹੀਂ ਹਨ ਤੇ ਇਸ ਕਰੀਏ ਉਹਨੇ ਕੀ ਖਜ਼ਾਨਾ ਮਹਿਕਮੇ ਪਾਸਿਆ ਮਨਜ਼ੂਰ ਕੀਤੀ ਗਈ ਰਕਮਾਂ ਲਈ ਕੰਮਾਂ ਦੀ ਪ੍ਰਸ਼ਾਸਨਿਕ ਮਨਜ਼ੂਰੀਆਂ ਦੇਣੇ ਦੇ ਮਾਲਿਕ ਅਧਿਕਾਰ ਦਿੱਤੇ ਜਾਣੇ ਲੋੜ ਚ ਦਿਨ ਇਹ ਖਬਰਾਂ ਤੁਸ ਆਕਾਸ਼ਵਾਣੀ ਜੰਮੂ ਤੋਂ ਸੁਣਾਰਤੀਓ ਉਹਨਾਂ ਬਾਕੀ ਦੀਆਂ ਖਬਰਾਂ ਕਰਨਾ ਪੂਨਮ ਡੋਗਰਾ ਜੰਮੂ ਕਸ਼ਮੀਰ ਚ ਅੱਜ ਬਡਲੇ ਰਜौरी ਜ਼ਿਲ੍ਹੇ ਚ ਸੈਨਾ ਦੇ ਇੱਕ ਜਵਾਨ ਕੋਲਾ ਕਥਿਤ ਤੋਰਾ ਪਰ ਗੋਲੀ ਚੱਲਨੇ ਦੀ ਘਟਨਾ ਚ ਦੋ ਨਾਗਰਿਕਾਂ ਦੀ ਮੌਤ ਤੇ ਇੱਕ ਜਨੇ ਦੀ ਕਾਇਲੋਨੇ ਦੀ ਖਬਰ ਆ ਸੜੇ ਆਕਾਸ਼ਵਾਨੀ ਦੇ ਜੰਮੂ ਸੰਵਾਦਾਤਾ ਨੇ ਖਬਰ ਦਿੱਤੀ ਹੈ ਜੇ ਇਹ ਤਰੇਵੇ ਜਨੇ ਸੈਨਾ ਲਈ ਪਿੱਠੂ ਦੇ ਤੋਰਾ ਪਰ ਕੰਮ ਕਰਦੇ ਹੈ ਇਸ ਘਟਨਾ ਚ ਰਜौरी ਦੇ ਵਾਰਡ ਨੰਬਰ 15 ਦੇ ਬਸਨੀਕ ਸ਼ਲੰਦਰ ਕੁਮਾਰ ਤੇ ਕਮਲ ਕਿਸ਼ੋਰ ਦੀ ਮੌਤ ਹੋਈ ਹੈ ਗੋਲੀਬਾਰੀ ਦੇ ਕਾਰਨ ਦਾ ਅਜੇ ਕੋਈ ਪਤਾ ਨਹੀਂ ਚਲਿਆ ਤੇ ਇਲਾਕੇ 'ਚ ਸਥਿਤੀ ਤਣਾਅ ਵਾਲੀ ਬਣੀ ਰਹੀ ਹੈ। ਮੁਕਾਮੀ ਲੋਕ ਇਸ ਘਟਨਾ ਉੱਪਰ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਆਰਮੀ ਕੈਂਪ ਉੱਪਰ ਪੱਥਰਬਾਜ਼ੀ ਕਰਦੇ ਹੋਏ ਘਟਨਾ ਦੀ ਜਾਂਚ ਦੀ ਮੰਗ ਕੀਤੀ। ਇਸ ਬਾਰੇ ਹੋਰ ਮਤੀ ਜਾਣਕਾਰੀ ਕੀ ਅਜੇ ਬਲ ਗਿਆ ਜਾਂਦਾ ਹੈ। ਪੂਰੀ ਸੰਵਾਦਤਾ ਸ਼ਕਤੀਪਾਲੋ ਨੇ ਜਾਣਕਾਰੀ ਦਿੱਤੀ ਹੈ ਜੇ ਮੁਕਾਮੀ ਲੋਕਾਂ ਜੰਮੂ ਪੁਂਚ ਜਨਰਲ ਸੜਕ ਬੰਦ ਕੀਤੀ ਤੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਘਟਨਾ ਦੀ ਜਾਂਚ ਤੇ ਪਰਿਵਾਰਕ ਨੇ ਨਿਆਂ ਦੀ ਮੰਗ ਵੀ ਕੀਤੀ। ਰਜੋਰੀ ਐਡ ਕੁਆਰਟਰ ਦੇ ਸਟੇਸ਼ਨ ਕਮਾਂਡਰ ਬ੍ਰਿਗੇਡੀਅਰ ਸੁਧੀਰ ਮਲਿਕ ਰਜੋਰੀ ਦੇ ਡੀਸੀ ਵਿਕਾਸ ਕੁੰਡਲ ਰਜੋਰੀ ਪੁੰਚ ਪੁਲਿਸ ਰੇਂਜ ਦੇ ਡੀਆਈਜੀ ਡਾਕਟਰ ਹਸੀਬ ਮੁਗਲ ਉਹਨੇ ਮੌਕੇ ਪਰ ਪੁੱਜੇ ਪਰਿਵਾਰ ਵਾਲਿਆਂ ਦੀ ਮੁਆਵਜ਼ਾ ਦਵਾਨੇ ਦਾ ਆਸ਼ਵਾਸਨ ਦਿੱਤਾ ਜਿਹਦੇ ਮਗਰਾ ਪ੍ਰਦਰਸ਼ਨਕਾਰੀਆਂ ਜਨਰਲੀ ਸੜਕ ਖੋਲ ਦਿੱਤੀ ਇਸ ਬਾਰੇ ਗੱਲ ਕਰਦੇ ਹੋਏ ਡੀਆਈਜੀ ਹੋਰੇ ਦੱਸਿਆ ਫਾਇਰ ਜੋ ਹੈ ਦਰਜ ਕੀਤਾ ਹੋਇਆ ਹੈ और इसका पूरा प्रोफेशनल तरीके से थारो एक प्रोब करेंगे और जो भी इसकी डिटेल्स हैं वो ऑब्वियसली आप सब लोगों के साथ शेयर करेंगे हम इस कार्रवाई को आगे बिल्कुल फेयर तरीके से करेंगे ये अभी डेड बॉडीज हमारे कब्जे में आ गई हैं इनको मेडिकल जो भी फॉर्मेलिटीज़ होंगी वो फॉर्मेलिटीज़ के लिए जी रजौरी इन डेड बॉडीज़ को लिया गया है तो मजीद जो भी इसकी फर्दर इन्वेस्टिगेशन होगी जो भी हमारी फॉरेंसिक्स हैं बेलिस्टिक्स हैं स्पॉट इंस्पेक्शन है वो अभी जो ही ये रास्ता क्लियर होता है वो भी हम शुरू करेंगे ਤੁਆਂ ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਕਰ ਰਸੂਲਵਾਨੀ ਹੋਰੇ ਰਜੋਰੀ ਚ ਗੋਲੀਬਾਰੀ ਦੀ ਘਟਨਾ ਚ ਦੋ ਜਨਾਂ ਦੀ ਮੌਤ ਉਪਰ ਗਹਿਰਾ ਬਸੂਸ ਪ੍ਰਗਟ ਕਰਦੇ ਹੋਏ ਘਟਨਾ ਦੀ ਸਖਤ ਨਿੰਦਿਆ ਕੀਤੀ ਹੈ। ਉਹਨੇ ਇਸ ਮਾਮਲੇ ਦੀ ਸਮੇਂ ਉਪਰ ਕਾਨੂੰਨੀ ਜਾਂਚ ਕਰਨ ਦੀ ਵੀ ਮੰਗ ਕੀਤੀ ਹੈ। ਜੰਮੂ ਕਸ਼ਮੀਰ ਪੁਲਿਸ ਦੇ ਰਿਟਾਇਰ ADGP ਮਨੇ ਪਰਮਨਦੇ ਸਮਾਜ ਸੁਧਾਰਕ ਸਿੱਖਿਆ ਵਿਦ ਤੇ ਬਾਬਾ ਗੁਲਾਮ ਸ਼ਾਹ ਬਾਦਸ਼ਾ ਯੂਨੀਵਰਸਿਟੀ ਰਜੋਰੀ ਦੇ ਸੰਸਥਾਪਕ ਵਾਈਸ ਚਾਂਸਲਰ ਡਾਕਟਰ ਮਸੂਦ ਅਹਿਮਦ ਜੋਧਰੀ ਹੁੰਦਾ ਅੱਜ ਬੜਲੇ ਆਪਣੇ ਘਰ ਗਾਂਧੀ ਨਗਰ ਚ ਕਾਲ ਹੋਈ ਗਿਆ 78 ਬਰੇ ਦੇ ਹੈ ਤੇ ਪਿਛਲੇ ਕਿਛ ਲੰਮੇ ਸਮੇਂ ਥਮਾ ਕਚਰੀ ਹੈ ਉੰਦਾ ਨਮਾਜ਼ ਜਨਾਜ਼ਾ ਜੰਮੂ ਕਸ਼ਮੀਰ ਗੁਜਰਦੇਸ਼ ਚੈਰੀਟੇਬਲ ਟਰਸਟ ਅਦਾ ਕੀਤਾ ਗਿਆ ਰਾਜ ਸਭਾ ਦੇ ਸੰਸਦ ਇੰਜੀਨੀਅਰ ਗੁਲਾਮ ਅਲੀ ਖਟਾਨਾ ਔਰ ਅੱਜ ਬਾਬਾ ਗੁਲਾਮ ਚਾ ਬਾਦਸ਼ਾ ਯੂਨੀਵਰਸਿਟੀ ਦੇ ਸੰਸਥਾਪਕ ਵਾ이스 ਚਾਂਸਲਰ ਤੇ ਗੁਜਰ ਤਬਕੇ ਦੇ ਮੰਨੇ ਪਰਮੰਨੇ ਦੇ ਲੀਡਰ ਮਸੂਦ ਚੋਧਰੀ ਹੰਦੇ ਨਿੱਧਨ ਉੱਪਰ ਗਹਿਰਾ ਅਫਸੋਸ ਪ੍ਰਗਟ ਕੀਤਾ। ਸੋਗੀ ਪਰਿਵਾਰ ਕਰਨ ਦੁੱਖ ਜਿਤਾਉਂਦੇ ਹੋਏ ਇੱਕ ਖਟਾਨਾ ਰੰਗ ਲਾਇਆ ਜੋ ਮਸੂਦ ਚੋਧਰੀ ਹੋਰੇ ਗੁਜਰ ਤਬਕੇ ਦੇ ਪਾਤੀ ਵਿਕਾਸ ਲਈ ਅਨਮੁੱਲ ਯੋਗਦਾਨ ਦਿੱਤਾ। ਉਹਨੇ ਗੁਜਰ ਸਮੁਦਾਏ ਦੇ ਸਦਸਿਆਂ ਵਿੱਚਕਾਰ ਮਾਨ ਸਨਮਾਨ ਦੀ ਭਾਵਨਾ ਪੈਦਾ ਕੀਤੀ ਤੇ ਮੁਸਲਿਮ ਤੇ இந்து ਗੁਜਰਾਂਗੇ ਕਿੱਠੇ ਮਲਾਈਏ ਗੁਜਰ ਦੇਸ਼ ٹرسٹ ਦੀ ਸਥਾਪਨਾ ਕੀਤੀ। ਖਟਾਨੌਰ ਇਹ ਦੁਆ ਕੀਤੀ ਜੇ ਅੱਲਾ ਨੇ ਇੱਕ ਆਤਮਾ ਗੇ ਜੰਨਤ ਨਸੀਬ ਕਰੇ ਅਫਗਾਨਿਸਤਾਨ ਤੇ ਪਾਕਿਸਤਾਨੀ ਬਲੇ ਬਿਸ਼ਕਾਰ ਅਜ ਬੰਨੇ ਦੇ ਰੁਾਰ ਪਾਰੋਈ ਦੀ ਗੋਲਾਬਾਰੀ ਚ ਇੱਕ ਆਮ ਬਸਨੀਕ ਦੀ ਮੌਤ ਤੇ 12 ਜਨੇ ਜ਼ਖਮੀ ਹੋਏ ਗੇ ਨਾ ਜਿੰਦੇ ਚ ਦੋ ਮਹਿਲਾ ਤੇ ਬੱਚੇ ਵੀ ਸ਼ਾਮਲ ਨਾ ਖਬਰ ਏਜੰਸੀ ਏਆਈਐਨੀ ਦੀ ਰਿਪੋਰਟ ਮੁਜਬ ਅਫਗਾਨ ਬਲੇ ਬੰਨੇ ਦੇ ਨੇੜੇ ਕਾਲੀ ਮੂਸਾ ਇਲਾਕੇ ਚ ਨਾਗਰਿਕ ਆਬਾਦੀ ਪਰ ਭਾਰੀ ਥਾਰੇ ਗਨੇ ਗੋਲੀਬਾਰੀ ਸ਼ੁਰੂ ਕਰੀ ਦਿੱਤੀ ਜੇ ਦਾ ਪਾਕਿਸਤਾਨ ਫੌਜ ਨੇ ਵੀ ਬਨਕਤਾ ਪਰਤਾ ਦਿੱਤਾ ਖੀਰ ਚ ਮੁੱਖ ਮੁੱਖ ਖਬਰਾਂ ਇੱਕ ਬਰੀ ਪੜਤੀਏ ਰਾਸ਼ਟਰ ਅੱਜ 1971 ਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਚ ਭਾਰਤ ਦੀ ਪਾਕਿਸਤਾਨ ਉੱਪਰ ਜਿੱਤ ਦੇ ਚੇਤੇ ਚ ਵਿਜੇ ਦਿਵਸ ਮਨਾ ਕਰਦਾ ਹੈ ਭਾਰਤ ਨੇ ਗਲਾਇਆ ਹੈ ਜੇ ਦੁਨੀਆ ਦੀ ਸਿਆਸੀ ਮਤਭੇਦਾਂ ਸ਼ਾ ਉੱਪਰ ਉਠੀਏ ਆਤੰਕਵਾਦ ਦੀ ਬਿੰਦ ਵੀ ਬਰਦਾਸ਼ਤ ਨਹੀਂ ਕਰਨੇ ਦੀ ਵਚਨਬੱਧਤਾ ਦਰਸ਼ਾਨੀ ਹੋਗ ਜੰਮੂ ਕਸ਼ਮੀਰ ਸਰਕਾਰ ਨੇ ਡੀਡੀਸੀਆਂ ਬੀਡੀਸੀਆਂ ਤੇ ਪੰਚਾਇਤਾਂ ਦੀ ਪ੍ਰਸ਼ਾਸਨਿਕ ਮਨਜ਼ੂਰੀਆਂ ਦੇ ਇਖਤਿਆਰ ਪ੍ਰਦਾਨ ਕੀਤੇ ਨੇ ਤੇ ਰਜੋਰੀ ਜ਼ਿਲ੍ਹੇ ਚ ਗੋਲੀਬਾਰੀ ਦੀ ਘਟਨਾ ਚ ਦੋ ਜਨੇ ਦੀ ਮੌਤ ਉੱਪਰ ਮੁਕਾਮੀ ਲੋਕਾਂ ਵਿਰੋਧ ਪ੍ਰਦਰਸ਼ਨ ਕੀਤਾ ਇਹਦੇ ਕਰਨੇਗੇ ਇਸ ਵੇਲੇ ਦਾ ਇਹ ਬੁਲੇਟਿਨ ਸਮਾਪਤ ਹੋਆ ਉਨ ਸੁਨੋ ਇੱਕ ਸਮੀਖਿਆ